ਭਾਈ ਜੀ ਸਤਿ ਸ਼੍ਰੀ ਅਕਾਲ। ਮੈਂ ਇਸ ਟਾਈਮ 'ਤੇ ਰਾਣਕੇ ਪਿੰਡ ਦੇ ਵਿੱਚ ਸਰਦਾਰ ਗੁਰਪਾਲ ਸਿੰਘ ਰਾਣਕੇ ਸਾਬਕਾ ਸਰਪੰਚ ਦੇ ਖੇਤਾਂ 'ਚ ਖੜ੍ਹਾਂ। ਇਹਨਾਂ ਨੇ 20 ਤਰੀਕ ਦਾ ਝੋਨਾ ਲਾਉਣਾ ਮਸ਼ੀਨ ਨਾਲ ਸਟਾਰਟ ਕੀਤਾ ਹੋਇਆ, ਅਤੇ ਜਿਹੜੇ ਮੇਰੇ ਮਗਰਲੇ ਪਾਸੇ ਜਿੰਨੀ ਵੀ ਫਸਲ ਦਿਖਦੀ ਆ ਤੁਹਾਨੂੰ, ਇਹ ਸਾਰੀ ਦੀ ਸਾਰੀ ਮਸ਼ੀਨ ਨਾਲ ਝੋਨੇ ਲਾਏ ਹੋਏ ਦੀ ਆ। ਇਹਨਾਂ ਦੇ ਲਗਭਗ 16 ਏਕੜ ਝੋਨਾ ਇਹਨਾਂ ਨੇ ਲਾ ਚੁੱਕਿਆ, ਕੰਪਲੀਟ ਕਰ ਚੁੱਕਿਆ। ਟੋਟਲ ਇਹਨਾਂ ਦੇ 32 ਏਕੜ ਝੋਨਾ ਇਹਨਾਂ ਨੇ ਦੂਜਾ ਲਾਉਣਾ। ਹੋਰ 5 ਸਾਲ ਦਾ ਐਕਸਪੀਰੀਅੰਸ ਆ, 5 ਸਾਲ ਤੋਂ ਇਹ ਝੋਨਾ ਮਸ਼ੀਨ ਨਾਲ 32 ਦੇ 32 ਏਕੜ ਲਾ ਰਹੇ ਨੇ, ਅਤੇ ਇਹਨਾਂ ਨੂੰ ਲੇਬਰ ਦੀ ਕੋਈ ਸਮੱਸਿਆ ਨਹੀਂ, ਕਿਉਂ ਕਰਕੇ ਇਹ 3 ਬੰਦੇ ਇਹਨਾਂ ਕੋਲ ਪੁਰਾਣੇ ਆਪਣੇ, ਜਿਹੜੇ ਨਾਲ ਇਹ ਸਾਰੇ ਸਾਰਾ ਝੋਨਾ ਲਾਉਂਦੇ ਆ। ਮੇਰੇ ਮਗਰਲੇ ਪਾਸੇ ਜਿੰਨਾ ਵੀ ਝੋਨਾ ਲੱਗਿਆ ਤੁਹਾਨੂੰ ਦਿਖਦਾ, ਉਹ ਸਾਰਾ ਮਸ਼ੀਨ ਨਾਲ ਝੋਨਾ ਲੱਗਿਆ ਹੋਇਆ। ਮੈਂ ਹੁਣ ਤੁਹਾਨੂੰ ਥੋੜ੍ਹੇ ਦੇਰ ਬਾਅਦ ਮਸ਼ੀਨ ਨਾਲ ਮਸ਼ੀਨ ਚੱਲਦੀ ਵੀ ਦਿਖਾਵਾਂਗਾ, ਜਿਹੜੀ ਕਿ ਇਹਨਾਂ ਦੇ 4 ਬੰਦੇ ਜਿਹੜੇ ਆ ਉਹ ਸਾਰੇ ਮਸ਼ੀਨ ਨਾਲ ਝੋਨਾ ਲਗਾ ਰਹੇ ਆ। ਇੱਕ ਹੁਣ ਮੈਂ ਕੈਮਰਾ ਘੁਮਾਉਣ ਦੀ ਕੋਸ਼ਿਸ਼ ਕਰਦਾ ਅਤੇ ਮਸ਼ੀਨ ਨਾਲ ਝੋਨਾ ਨੂੰ ਦਿਖਾਉਣਾ। ਜਿਹੜੀਆਂ ਲਾਈਨਾਂ ਦਿਖਦੀਆਂ ਨੇ ਉਹ ਅਗਲੇ ਪਾਸੇ ਵਾਲੀਆਂ, ਜਿੰਨੀਆਂ ਵੀ ਲਾਈਨਾਂ ਦਿਖਦੀਆਂ ਉਹ ਸਾਰੀਆਂ ਮਸ਼ੀਨ ਨਾਲ ਝੋਨਾ ਹੀ ਲੱਗੇ ਹੋਏ ਦੀਆਂ ਨੇ, ਅਤੇ ਇਸ ਲਾਗੇ ਚਾਗੇ ਦੂਰ ਦੂਰ ਤੱਕ ਕਿਸੇ ਵੀ ਹੋਰ ਬੰਦੇ ਲੇਬਰ ਨਾਲ, ਲੇਬਰ ਦੀ ਕਮੀ ਰਹਿਣ ਕਰਕੇ ਕੋਈ ਵੀ ਬੰਦਾ ਲੇਬਰ ਕੰਮ ਕਰਦੀ ਨਹੀਂ ਦਿਖਦੀ। ਤੁਸੀਂ ਦੇਖ ਸਕਦੇ ਹੋ ਬਈ ਅਸੀਂ ਇਸ ਟਾਈਮ 'ਤੇ ਭੱਠੇ ਧੂਏ ਕੋਲ ਰਾਣਕੇ ਪਿੰਡ ਆ, ਸਾਡੀ ਮਸ਼ੀਨ ਚੱਲ ਰਹੀ ਆ, ਅਤੇ ਕਬੂਟਾ ਕੰਪਨੀ ਦੀ ਮਸ਼ੀਨ ਆ, 4 ਲਾਈਨ ਮਸ਼ੀਨ ਦੇ ਨਾਲ ਇੱਕ ਇਹਨਾਂ ਦਾ ਬੰਦਾ ਉਹ ਖੜ੍ਹਾ ਜਿਹਨੇ ਆ ਕੇ ਪਨੀਰੀ ਪਾਉਣੀ ਆ, ਅਤੇ ਇੱਕ ਆਹ ਮਸ਼ੀਨ ਨਾਲ ਝੋਨਾ ਲੱਗ ਰਿਹਾ। ਮੈਂ ਚਾਹੁੰਦਾ ਮੇਰੇ ਜਿੰਨੇ ਵੀ ਵੀਰ ਦੇਖ ਰਹੇ ਨੇ ਉਹਨੂੰ ਵੱਧ ਤੋਂ ਵੱਧ ਨਾਲ ਦੀ ਨਾਲ ਸ਼ੇਅਰ ਕਰ ਦੇਣ, ਤਾਂ ਜੋ ਆਪਣੇ ਸੱਜਣਾ ਮਿੱਤਰਾਂ ਕੋਲ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਆ ਉਹ ਇਹਦੀ ਵੀਡੀਓ ਨੂੰ ਵਾਚ ਕਰ ਸਕਣ। ਮਸ਼ੀਨ ਨਾਲ ਝੋਨਾ ਲੱਗ ਰਿਹਾ, ਇਹ ਹੁਣ ਬਹੁਤ ਲੰਬਾ ਪਾੜਾ ਸੀ, ਘੱਟੋ ਘੱਟ 1.5 ਏਕੜ ਦਾ, ਇਹਨੇ ਇੱਥੇ ਤੱਕ ਆ ਕੇ ਮਸ਼ੀਨ ਨਾਲ ਝੋਨਾ ਪਨੀਰੀ ਪਾਉਣਗੇ। ਹੁਣ ਉਹ ਬੰਦਾ ਪਹਿਲਾਂ ਤਿਆਰ ਖੜ੍ਹਾ ਹੈ, ਦਿਹਾੜੀ ਦੇ ਵਿੱਚ 4 ਤੋਂ 6 ਏਕੜ ਛੋਟੀ ਚਾਰਾਂ ਲੈਣ ਵਾਲੀਆਂ ਨਾਲ ਮਸ਼ੀਨ ਲਈ ਹੋਈ। ਇਹਨਾਂ ਦਾ 5 ਸਾਲ ਦਾ ਐਕਸਪੀਰੀਅੰਸ ਆ, 5 ਸਾਲ ਤੋਂ ਇਹ ਝੋਨਾ ਲਾ, 4 ਸਾਲ ਪੂਰੇ ਹੋ ਗਏ, 5 ਸਾਲ ਤੋਂ ਇਹਨਾਂ ਨੇ ਲਾਉਣਾ। ਇੱਕ ਬੰਦੇ ਦੀ ਉਮਰ ਘੱਟੋ ਘੱਟ 45 ਸਾਲ 48 ਸਾਲ ਦੇ ਲਾਗੇ ਚਾਗੇ ਆ, ਦੂਜੇ ਦੀ 50 ਸਾਲ ਦੇ ਲਾਗੇ ਚਾਗੇ ਆ। 2 ਬੰਦੇ ਆ ਇਹ, 2 ਬੰਦੇ ਜਿਹੜੇ ਆ ਪਨੀਰੀ ਪਾਈ ਜਾ ਰਹੇ ਆ, ਸਿਰਫ 2 ਬੰਦਿਆਂ ਨੇ ਸ਼ਾਮ ਤੱਕ 6-6.5 ਏਕੜ ਦੇ ਲਾਗੇ ਚਾਗੇ ਝੋਨਾ ਲਾ ਦਿੰਦੇ ਆ। ਉਹ ਸਾਡੇ ਕਿਸਾਨ ਆ ਰਹੇ ਨੇ ਜਿਹੜੇ ਸਰਦਾਰ ਗੁਰਪਾਲ ਸਿੰਘ ਜੀ ਸਾਬਕਾ ਸਰਪੰਚ ਨੇ, ਇਹਨਾਂ ਦਾ 5ਵਾਂ ਸਾਲ ਆ ਇਸ ਮਸ਼ੀਨ ਨਾਲ ਝੋਨਾ ਲਾਉਣ ਦਾ, ਅਤੇ ਇਹਨਾਂ ਦੀ ਵੀ ਮੈਂ ਤੁਹਾਨੂੰ ਬਾਅਦ ਦੇ ਵਿੱਚ ਇੰਟਰਵਿਊ ਦਿਖਾਊਂਗਾ। ਉਹਨਾਂ ਚਿਰ ਤੁਸੀਂ ਮਸ਼ੀਨ ਨਾਲ ਹੀ ਝੋਨਾ ਲੱਗਦਾ ਜਾਂ ਪਨੀਰੀ ਪੈਂਦੀ ਦੇਖ ਸਕਦੇ ਹੋ। ਬਾਅਦ 'ਚ ਉਹਨਾਂ ਨੂੰ ਵੀ ਦੱਸੂਗਾ ਵੀ ਕਿੰਨਾ ਖਰਚਾ ਆਇਆ, ਕਿੰਨਾ ਸਾਰਾ ਕੁਛ ਹੁੰਦਾ। ਸਿਰਫ 2 ਬੰਦੇ ਇਹਨਾਂ ਦੇ ਲੱਗੇ ਹੋਏ ਨੇ ਇਸ ਟਾਈਮ 'ਤੇ, ਅਤੇ 16 ਏਕੜ ਦੇ ਕਰੀਬ ਇਹ ਝੋਨਾ ਲਾ ਰਹੇ ਆ।
ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ। ਸਰਪੰਚ ਸਾਹਿਬ ਕਿੰਨੇ ਸਾਲ ਹੋ ਗਏ ਤੁਹਾਨੂੰ, ਕਿੰਨੇ ਏਕੜ ਤੁਸੀਂ ਇਹਦੇ ਨਾਲ ਮਸ਼ੀਨਾਂ ਝੋਨਾ ਲਾ ਦਿੰਦੇ ਹੋ ਜੀ? 40 ਏਕੜ ਸਰਪੰਚ ਸਾਹਿਬ ਕਹਿੰਦੇ ਮੈਂ ਝੋਨਾ ਮਸ਼ੀਨ ਨਾਲ ਲਾ ਦਿੰਦਾ। ਸਰਪੰਚ ਸਾਹਿਬ ਇੱਕ ਗੱਲ ਦੱਸਿਓ, ਇਹ ਕਿੰਨਾ ਲੀਟਰ ਪੈਟਰੋਲ ਪੀ ਜਾਂਦੀ ਹੈ ਇੱਕ ਏਕੜ ਦਾ? 1.5 ਲੀਟਰ ਪੈਟਰੋਲ ਪੀ ਜਾਂਦੀ ਆ। ਅਤੇ ਸ਼ਾਮ ਤੱਕ ਕਿੰਨੇ ਏਕੜ ਲਗਭਗ, ਜੇ ਤੁਸੀਂ ਸਵੇਰੇ ਤੜਕੇ ਕਿੰਨੇ ਕੁ ਵਜੇ ਲੱਗਦੇ ਹੋ? 5.5 ਕਿੱਲੇ ਸਰਪੰਚ ਸਾਹਿਬ ਕਹਿੰਦੇ ਅਸੀਂ ਆਪ ਝੋਨਾ ਲਾਇਆ ਰੋਜ਼ ਦਾ, ਅਤੇ 6.5 ਏਕੜ ਤੱਕ ਵੀ ਲਾ ਦਿੰਦੀ ਹੈ ਜੇ ਸਵੇਰੇ ਤੜਕੇ 5 ਵਜੇ ਜਾਂ 4:45 ਵਜੇ ਲੱਗਦੇ ਹਾਂ। ਅਤੇ ਸਰਪੰਚ ਸਾਹਿਬ ਪਨੀਰੀ ਤੁਸੀਂ ਆਪ ਬਿਜਵਾਉਂਦੇ ਹੋ ਕਿੰਨੇ ਬੰਦਿਆਂ ਨਾਲ ਲਾ ਕੇ? 4 ਬੰਦੇ ਪਨੀਰੀ ਬੀਜਣਾ। ਰੋਜ਼ ਦੀ ਕਿੰਨੀ ਪਨੀਰੀ ਬੀਜਦੇ ਹੋ? ਰੋਜ਼ ਦੀ 10 ਏਕੜ ਦੀ ਪਨੀਰੀ ਜਿੰਨੀ ਜਿੰਨੀ ਨਾਲ ਲਾਉਂਦੇ ਹਾਂ ਉੱਨੀ ਉੱਨੀ ਆਪਾਂ ਪਨੀਰੀ ਨਾਲ ਦੀ ਨਾਲ ਰੋਜ਼ ਬੀਜਦੇ ਰਹਿੰਦੇ ਹਾਂ। ਪਨੀਰੀ ਬੀਜਣੀ ਕਿੰਨੀ? ਪਨੀਰੀ ਦੇ ਕੋਈ ਦਵਾ ਦਾ ਛਿੜਕਾ ਜਾਂ ਹੋਰ ਕੋਈ ਗੱਲਬਾਤ? ਤੁਹਾਡੇ ਝਾੜ ਝੋਨੇ ਦੇ ਝਾੜ ਦਾ ਕੋਈ ਫਰਕ ਪੈਂਦਾ ਇਸ ਤੇ? ਅੱਛਾ ਜੀ, ਢਾਈ ਕੁਇੰਟਲ ਦੇ ਤੁਹਾਡੇ ਕਹਿਣ ਮੁਤਾਬਕ ਇਹ ਝਾੜ ਦਾ ਫਰਕ ਪੈ ਜਾਂਦਾ। ਬਾਕੀ ਦਵਾਈ ਪਾਉਣੀ ਕੋਈ ਸਪਰੇਅ ਕਰਨੀ ਵੀ ਸੌਖੀ ਹੈ? ਅੱਛਾ ਜੀ, ਅਤੇ 40 ਏਕੜ ਹੋਰ ਸਰਪੰਚ ਸਾਹਿਬ ਤੁਸੀਂ ਲੋਕਾਂ ਦਾ ਵੀ ਕਿਸੇ ਦਾ ਕਿਰਾਏ ਦਾ ਵੀ ਕੰਮ ਕਰਦੇ ਹੋ ਕਿ ਆਪਣਾ ਆਪਣਾ ਹੀ ਕਰਦੇ? ਅੱਛਾ, ਕਿਰਾਏ ਦਾ ਕਿੰਨੇ ਕੁ ਦਿਨ ਇਹਦਾ ਪਾਣੀ ਦਾ ਰੱਖ ਰਖਾਓ ਦਾ ਧਿਆਨ ਰੱਖਣਾ ਪੈਂਦਾ? ਕਿੰਨਵੇਂ ਦਿਨ ਤੁਰ ਪੈਂਦੀ ਹੈ? ਅੱਛਾ, ਚੌਥੇ ਦਿਨਾਂ ਬਾਅਦ ਤੁਰ ਪੈਂਦੀ, ਉਸ ਤੋਂ ਬਾਅਦ ਪਾਣੀ ਆਮ ਲਾਈ ਜਾਂਦੇ? ਅੱਛਾ, ਜਾਣੀ ਜੇ ਪਨੀਰੀ ਡੁੱਬ ਵੀ ਜਾਂਦੀ ਹੈ ਤਾਂ ਕੋਈ ਉਹਦੇ ਸਿਹਤ 'ਤੇ ਅਸਰ ਨਹੀਂ ਹੁੰਦਾ? ਕਿੰਨੇ ਏਕੜ ਕਿੱਲੇ ਬੀ ਆ ਜਿਹੜਾ, 1 ਏਕੜ ਦਾ ਕਿੰਨੇ ਕਿਲੋ ਤੁਸੀਂ ਬੀ ਪਾਉਂਦੇ ਹੋ? 7 ਏਕੜ। ਤੁਸੀਂ ਲੇਬਰ ਦੀ ਕੋਈ ਵੇਟ ਨਹੀਂ ਕਰਦੇ? ਕਿੰਨੇ ਬੰਦੇ ਤੁਹਾਡੇ ਮਸ਼ੀਨ 'ਤੇ ਹੁੰਦੇ? 4 ਸਾਂਝੀ ਆ ਮਸ਼ੀਨ ਦੇ ਉੱਤੇ, 2 ਜਣੇ ਪਨੀਰੀ ਵੱਢ ਕੇ ਦੇਣ ਨੂੰ ਦਿੰਦੇ ਆ? 1 ਬੰਦਾ ਵੱਢੀ ਗਿਆ ਤਾਂ 2 ਜਣੇ, 3 ਬੰਦੇ ਆਰਾਮ ਨਾਲ ਮਸ਼ੀਨ ਚਲਾ। ਧੰਨਵਾਦ ਸਰਪੰਚ ਸਾਹਿਬ, ਧੰਨਵਾਦ ਜੀ। ਕਵਲਜੀਤ ਸਿੰਘ, ਤੁਹਾਨੂੰ ਮੈਂ ਤੁਹਾਨੂੰ ਇਹ ਬੀਜਿਆ ਹੋਇਆ ਜਿਹੜਾ ਇਹਨਾਂ ਦਾ 20 ਤਰੀਕ ਦਾ ਝੋਨਾ ਬੀਜਿਆ ਉਹ ਜ਼ਰੂਰ ਦਿਖਾਉਣਾ, ਅਤੇ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਇਹ ਆਹ ਇਹਨਾਂ ਦਾ ਝੋਨਾ ਬੀਜਿਆ ਹੋਇਆ ਜਿਹੜਾ ਕਿ 20 ਤਰੀਕ ਦਾ ਬੀਜਿਆ ਹੋਇਆ, ਇਹ ਅੱਜ 4th-5th ਦਿਨ ਦੇ ਹਰੇਵਾਈ ਮਾਰਨ ਲੱਗ ਚੁੱਕਿਆ, ਅਤੇ ਲਾਈਨਾਂ ਵੀ ਕਾਫੀ ਸਿੱਧੀਆਂ ਨੇ ਇਹਨਾਂ ਦੀਆਂ। ਇਹਨਾਂ ਨੇ ਸਰਪੰਚ ਸਾਹਿਬ ਦੇ ਦੱਸਣ ਮੁਤਾਬਕ 16 ਏਕੜ ਝੋਨਾ ਇਹਨਾਂ ਲਗਾ ਚੁੱਕੇ ਆ, ਅਤੇ ਟੋਟਲ 40 ਏਕੜ ਲਾਉਣਾ, ਇਹ 26 ਏਕੜ ਰਹਿ ਗਿਆ। ਇਹਨਾਂ ਦੇ ਕਹਿਣ ਮੁਤਾਬਕ ਰੋਜ਼ ਦਾ 6 ਏਕੜ ਜੇ ਇਹ ਝੋਨਾ ਲਾਉਣ ਤਾਂ ਇਹ
ਸੱਤਾਂ ਅੱਠਾਂ ਦਿਨਾਂ ਦੇ ਵਿੱਚ ਆਪਣਾ ਕੰਮ ਸਾਰਾ ਮੁਕਾਬਲ ਕਰ ਲੈਣਗੇ। ਮਸ਼ੀਨ ਆ ਰਹੀ ਆ ਦੁਬਾਰਾ ਦੂਜਾ ਗੇੜਾ ਲੈ ਕੇ, ਦੂਜਾ ਗੇੜਾ ਲਿਆਉਣ ਦੇ ਨਾਲ ਇੱਕ ਵਾਰੀ ਇੱਥੋਂ ਮਸ਼ੀਨ ਭਰ ਕੇ ਤੋਰਦੇ ਹਾਂ ਤਾਂ ਅਸੀਂ ਇੱਕ ਗੇੜਾ ਆਰਾਮ ਨਾਲ ਲਾ ਦਿੰਦੀ ਹੈ। ਮੈਂ ਨੇੜੇ ਲਿਆ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰ। ਡੇਢ ਤੋਂ ਦੋ ਘੰਟੇ ਦੇ ਵਿੱਚ ਡੇਢ ਘੰਟੇ ਵਿੱਚ ਇਹਨਾਂ ਦੇ ਬੰਦੇ ਦੱਸਣ ਮੁਤਾਬਕ ਡੇਢ ਘੰਟੇ ਤੱਕ ਇਹ ਆਪਣਾ ਪੂਰਾ ਕਰ ਲੈਂਦੇ ਆ।